ਬੇਟੀ ਨਿਮਰਤਦੀਪ ਕੌਰ ਢੋਕੇ ਜੀ ਨੂੰ ਇੱਕ ਮੈਮੈਂਟੋ ਤੇ ਦੁਸ਼ਾਲੇ ਨਾਲ ਸਨਮਾਨਿਤ ਕਰਨਾ। ਆਓ ਜੀ ਬੇਟਾ ਨਿਮਰਤਦੀਪ ਕੌਰ ਉਦੋਕੇ, ਜਿਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਣੀ ਨੂੰ ਸਾਇੰਸ ਦੇ ਨਾਲ ਰਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਬੜੇ ਸੁਚੱਜੇ ਤਰੀਕੇ ਨਾਲ ਆਪਣੇ ਥੋਟਸ ਰੱਖੇ। ਹਾਲਾਂਕਿ ਟਾਈਮ ਬਹੁਤ ਟਾਈਟ ਰਿਹਾ, ਅੱਜ ਜਦ ਤੱਕ ਉਹ ਆਉਂਦੇ ਨੇ ਤੇ ਮੈਂ ਬੇਨਤੀ ਕਰਾਂਗਾ ਡਾਕਟਰ ਸੁਪ੍ਰੀਤ ਸਿੰਘ ਜੀ ਉਦੋਕੇ, ਜਿਹਨਾਂ ਦਾ ਸਨਮਾਨ ਹੋ ਰਿਹਾ, ਉਹ ਆ ਜਾਣ ਇੱਥੇ ਤੇ ਸਮੂਹ ਮੈਂਬਰ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ। ਸਿੱਖ ਸਮਾਜ ਦੇ ਬਜ਼ੁਰਗ ਦੇ ਬੰਦੇ ਵੀ ਨੇ ਇੱਥੇ। ਹਾਂਜੀ, ਜਕਾਰਿਆਂ ਦੀ ਗੂੰਜ ਤੁਹਾਡੇ ਵੱਲੋਂ ਆਵੇ ਤਾਂ ਬਹੁਤ ਅੱਛੀ ਗੱਲ ਹੋਈ। ਰੁਪਿੰਦਰ ਸਿੰਘ ਜੀ IPS ਉਹ ਆ ਜਾਣ ਜੀ, ਉਹਨਾਂ ਦੇ ਨਾਲ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ। ਬੜੇ ਸੁਚੱਜੇ ਤਰੀਕੇ ਨਾਲ ਪ੍ਰੋਜੈਕਟਰ ਰਾਹੀਂ ਆਪ ਜੀ ਨੂੰ ਸਾਰੀ ਚੀਜ਼ ਸੌਖੇ ਸ਼ਬਦਾਂ ਸਿਖਾਈ ਹੈ। ਜ਼ੋਰਦਾਰ ਜਕਾਰਾ ਵਜਾਇਆ ਜਾਏ ਜੀ। ਸਤਿ ਸ੍ਰੀ ਅਕਾਲ ਬੋਲੇ ਜਿਹੜੇ ਦਰਸ਼ਨ ਬਾਹਰ ਚਲੇ ਗਏ ਨੇ ਉਹ ਕਿਰਪਾ ਕਰਕੇ ਚਾਹ ਪਾਣੀ ਜਾਂ ਫਰੈਸ਼ ਹੋ ਕੇ ਦੁਬਾਰਾ ਆ ਜਾਣ। ਬਹੁਤ ਹੀ ਅਟਰੈਕਟਿਵ ਪਲੇ ਹੋਣ ਜਾ ਰਹੇ ਤੁਹਾਡੇ ਸਾਹਮਣੇ, ਬੜਾ ਅੱਛਾ ਮੈਸੇਜ ਮਿਲੇਗਾ ਉਹਦੇ ਨਾਲ। ਸੁਖ ਨਵਰ ਲੰਗ ਮੰਚ ਵੱਲੋਂ ਜੋ ਭਾਈ ਜੋਗਾ ਸਿੰਘ ਜੀ ਆਪਣੀ ਟੀਮ ਲੈ ਕੇ ਆਏ ਨੇ ਪਟਿਆਲੇ ਤੋਂ, ਉਹਨਾਂ ਨੇ ਇਹ ਕਰਨਾ ਤੇ ਜ਼ਿਆਦਾ ਲੰਬਾ ਪ੍ਰੋਗਰਾਮ ਨਹੀਂ ਹੈ, 15-20 ਮਿੰਟ ਵਿੱਚ ਹੀ ਬਹੁਤ ਅੱਛਾ ਮੈਸੇਜ ਦਿੱਤਾ ਜਾਏਗਾ। ਮਾਤਾ ਕੁਲਦੀਪ ਕੌਰ ਜੀ ਪ੍ਰੈਸੀਡੈਂਟ ਸਮੂਹ ਸ੍ਰੀ ਸਤਸੰਗ ਅਤੇ ਸਟੇਟ ਪ੍ਰੈਸੀਡੈਂਟ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੁਹਾਡੇ ਸਾਹਮਣੇ ਨੇ, ਉਹ ਸਨਮਾਨਿਤ ਕਰ ਰਹੇ ਨੇ ਬੇਬਾ ਨਿਮਰਤ ਕੌਰ ਜੀ ਉਦੋਕੇ ਤੇ ਮੈਡਮ IPS ਮੈਡਮ ਰੁਪਿੰਦਰ ਸਿੰਘ ਜੀ IPS ਨੂੰ। ਜਕਾਰਾ ਰਾਈ ਉਤਸ਼ਾਹ ਵਧਾਇਆ ਗਿਆ ਜੀ। ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ। ਇਹ ਜੈਪੁਰ ਦੀਆਂ ਸੰਗਤਾਂ ਦਾ ਪਿਆਰ ਹੈ ਕਿ ਬਹੁਤ ਚੰਗਾ ਲੱਗਿਆ ਕਿ ਇੱਕ ਰਵਾਇਤੀ ਜੋ ਪ੍ਰੋਗਰਾਮ ਹੁੰਦਾ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਜਾਂ ਕਦੀ ਕਦੀ ਸਕੂਲਾਂ ਵਿੱਚ, ਉਸ ਤੋਂ ਹਟ ਕੇ ਮੈਂ